अज ही डाउटनट ऐप डाउनलोड करो। डाउटनट ते होंगे तुहाडे सारे 6वीं तो 12वीं क्लास दे मैथ, फिजिक्स, केमिस्ट्री अते बायोलॉजी दे डाउट दा सफाया, ओ भी पंजाबी विच। बस अपने प्रश्न दी फोटो खिंचो, उसनू क्रॉप करो अते तुरंत वीडियो सॉल्यूशन पाओ। अते अजेहे ही होर वीडियो देखन लई डाउटनट पंजाबी यूट्यूब चैनल नू सबस्क्राइब करो। हेलो स्टूडेंट्स, अज दा साडा क्वेश्चन है, प्रूव दैट कोस टेंजेंट इनवर्स साइन कोट इनवर्स एक्स इज इक्वल टू अंडर द रूट एक्स स्क्वायर प्लस 1 ओवर एक्स स्क्वायर प्लस 2। ठीक है, हुण आपां इहनूं किद्दां करांगे? देखो जिहड़ा मैथड है करन दा, आपां की करांगे? देखो इत्थे हैगा कोट इनवर्स, इत्थे हैगा साइन, ते बेसिकली आपां इहनूं की करांगे, कोट इनवर्स नूं साइन बनावांगे ਤਾਂ ਕਿ ਸਾਈਨ ਨਾਲ ਸਾਈਨ ਇਨਵਰਸ ਕੱਟ ਹੋ ਜਾਏ, ਇਹ ਦੋਨੋਂ ਕੱਟ ਹੋ ਜਾਣਗੇ, ਫਿਰ ਆਪਾਂ ਜੋ ਵੀ ਆਏਗਾ ਉਹਨੂੰ ਆਪਾਂ ਟੈਂਜੈਂਟ ਬਣਾਵਾਂਗੇ, ਫਿਰ ਟੈਂਜੈਂਟ ਨਾਲ ਟੈਂਜੈਂਟ ਇਨਵਰਸ ਕੱਟ ਹੋ ਜਾਏਗਾ, ਫਿਰ ਜੋ ਵੀ ਆਏਗਾ ਉਹਨੂੰ ਆਪਾਂ ਕੋਸ ਬਣਾ ਦਾਂਗੇ। ਠੀਕ ਹੈ, ਤੇ ਇਦਾਂ ਕਰਕੇ ਜਿਹੜਾ ਸਾਡਾ ਕੁਐਸਚਨ ਹੈ ਉਹ ਫਾਈਨਲੀ ਸਾਡਾ ਸੋਲਵ ਹੋ ਜਾਏਗਾ। ਤੇ ਬੇਸਿਕਲੀ ਹੁਣ ਆਪਾਂ ਕੀ ਕਰਾਂਗੇ, ਜਿਹੜਾ ਕੋਟ ਇਨਵਰਸ ਹੈ ਆਪਾਂ ਬਿਲਕੁਲ ਇਹ ਇੱਥੋਂ ਸਟਾਰਟ ਕਰ ਦੇਵਾਂਗੇ, ਕੋਟ ਇਨਵਰਸ ਤੋਂ। ਠੀਕ ਹੈ, ਆਪਾਂ ਕੀ ਕਰਾਂਗੇ, ਕੋਟ ਇਨਵਰਸ ਐਕਸ ਨੂੰ ਮੈਂ ਮੰਨ ਲਾਂਗਾ ਵਾਈ। ਠੀਕ ਹੈ, ਆਪਾਂ ਨੂੰ ਵਾਈ ਮੰਨ ਲਿਆ। ਠੀਕ ਹੈ, ਤੇ ਕੋਟ ਇਨਵਰਸ ਉਧਰ ਜਾ ਕੇ ਕੀ ਬਣ ਗਿਆ, ਕੋਟ, ਯਾਨੀ ਕਿ x ਆ ਗਿਆ ਸਾਡੇ ਕੋਲ ਕੋਟ ਆਫ y, ਹੈ ਨਾ, x ਆ ਗਿਆ ਕੋਟ y, ਤੇ ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਅਗਰ ਕੋਟ ਆਫ y ਦੀ ਵੈਲਿਊ ਸਾਡੇ ਕੋਲ x ਹੈ, ਇਹਦੇ ਥੱਲੇ ਕੁਝ ਨਹੀਂ ਹੈਗਾ, 1 ਲਾ ਲਓ। ਕੋਟ ਸਾਨੂੰ ਪਤਾ, ਕੋਟ ਕੋਈ ਕੋਟ ਹੁੰਦਾ ਸਾਡੇ ਕੋਲ ਬੇਸ ਓਵਰ ਪਰਪੈਂਡੀਕੂਲਰ, ਹੈ ਨਾ, ਯਾਨੀ ਕਿ ਜੇ ਮੈਂ ਇੱਕ ਰਾਈਟ ਐਂਗਲ ਟ੍ਰਾਇੰਗਲ ਬਣਾਵਾਂ, ਟ੍ਰਾਇੰਗਲ ਲਾ ਇੱਥੇ ਮੈਂ ਅਪਲਾਈ ਕਰਾਂ, ਤੇ ਮੇਰੇ ਕੋਲ ਬੇਸ ਹੋ ਗਿਆ x, ਹੈ ਨਾ, ਤੇ ਪਰਪੈਂਡੀਕੂਲਰ ਕਿੰਨਾ ਹੋ ਗਿਆ 1, ਤੇ ਜੇ ਆਪਾਂ ਪਾਇਥਾਗੋਰਸ ਥਿਓਰਮ ਲਗਾਵਾਂਗੇ ਹਾਈਪੋਟਨਸ ਕੀ ਆ ਜਾਏਗਾ ਸਾਡੇ ਕੋਲ ਹਾਈਪੋਟਨਸ ਆ ਜਾਏਗਾ x ਸਕੁਅਰ ਪਲੱਸ 1। ਠੀਕ ਹੈ ਨਾ, ਤੇ ਇਹਦੇ ਹਿਸਾਬ ਨਾਲ ਜੇ ਮੈਂ ਫਾਈਂਡ ਕਰਾਂ, ਮੈਨੂੰ ਸਾਈਨ ਚ ਕਨਵਰਟ ਕਰਨਾ ਹੈ ਨਾ, ਬਾਹਰ ਸਾਈਨ ਹੈਗਾ, ਤੇ ਇਹਦਾ ਮਤਲਬ ਜੇ ਮੈਂ ਸਾਈਨ ਆਫ y ਫਾਈਂਡ ਆਊਟ ਕਰਾਂ, ਤੇ ਸਾਈਨ ਆਫ y ਮੇਰੇ ਕੋਲ ਕੀ ਆ ਜਾਏਗਾ, ਸਾਈਨ ਆਫ y ਹੁੰਦਾ ਸਾਡੇ ਕੋਲ ਪਰਪੈਂਡੀਕੂਲਰ ਓਵਰ ਹਾਈਪੋਟਨਿਊਸ, ਤੇ ਪਰਪੈਂਡੀਕੂਲਰ ਕਿੰਨਾ ਹੈਗਾ 1 ਓਵਰ ਕਿੰਨਾ ਆ ਗਿਆ ਮੇਰੇ ਕੋਲ x ਸਕੁਅਰ ਪਲੱਸ। ਠੀਕ ਹੈ, ਤੇ ਹੁਣ ਦੇਖੋ ਹੁਣ ਸਾਡੇ ਕੋਲ ਇਹ ਕੀ ਬਣ ਜਾਏਗਾ, ਹੁਣ ਇਹ ਬਣ ਗਿਆ, ਇਹ ਜਿਹੜਾ ਪਹਿਲਾਂ ਮੈਂ ਸਿਰਫ ਇਹ ਇੰਨੀ ਵਾਲੀ ਇਹ ਸਿਰਫ ਇਹ ਵਾਲੀ ਬ੍ਰੈਕਟ ਸੋਲਵ ਕਰ ਰਿਹਾ। ਠੀਕ ਹੈ, ਇਹ ਬਣ ਗਿਆ ਮੇਰੇ ਕੋਲ ਸਾਈਨ, ਠੀਕ ਹੈ ਨਾ, ਤੇ ਕੋਟ ਇਨਵਰਸ x, ਠੀਕ ਹੈ ਨਾ, ਕੋਟ ਇਨਵਰਸ x ਜਿਹੜਾ ਹੈਗਾ ਉਹ ਮੇਰੇ ਕੋਲ ਹੈਗਾ y। ਠੀਕ ਹੈ, ਇਹ ਮੇਰੇ ਕੋਲ y ਹੋ ਗਿਆ, ਤੇ ਹੁਣ ਇਹਦੀ ਜਗ੍ਹਾ ਮੈਂ ਲਿਖਤਾ y। ਠੀਕ ਹੈ, ਇਹ ਕੋਟ ਇਨਵਰਸ x ਦੀ ਜਗ੍ਹਾ ਮੈਂ y ਲਿਖਤਾ। ਠੀਕ ਹੈ, ਤੇ ਬਾਹਰ ਮੇਰੇ ਕੋਲ ਕੀ ਹੈਗਾ, ਬਾਹਰ ਮੇਰੇ ਕੋਲ ਹੈਗਾ ਟੈਂਜੈਂਟ ਇਨਵਰਸ। ਠੀਕ ਹੈ, ਉਸ ਤੋਂ ਬਾਅਦ ਮੇਰੇ ਕੋਲ ਕੀ ਹੈਗਾ, ਕੋਸ। ਠੀਕ ਹੈ, ਹੁਣ ਆਪਾਂ ਧਿਆਨ ਨਾਲ ਦੇਖੋ ਕੀ ਕਰਾਂਗੇ, ਇੱਥੇ ਜਿਹੜਾ ਸਾਡੇ ਕੋਲ ਸਾਈਨ ਵਾਈ ਹੈਗਾ, ਸਾਈਨ ਵਾਈ ਦੀ ਵੈਲਿਊ ਮੈਂ ਕੀ ਨਿਕਾਲੀ ਹੈ, ਸਾਈਨ ਵਾਈ ਦੀ ਮੈਨੂੰ ਨਿਕਾਲੀ ਹੈ, ਵਾਈ ਵੈਲਿਊ ਨਿਕਾਲਨੀ ਹੈ 1 ਓਵਰ 1 ਪਲੱਸ x ਸਕੁਅਰ, ਯਾਨੀ ਕਿ ਮੇਰੇ ਕੋਲ ਬਣ ਜਾਏਗਾ ਕੋਸ, ਠੀਕ ਹੈ, ਟੈਂਜੈਂਟ ਇਨਵਰਸ, ਤੇ ਸਾਈਨ ਵਾਈ ਦੀ ਵੈਲਿਊ ਮੈਂ ਹੁਣੇ ਹੁਣੇ ਫਾਈਂਡ ਕੀਤੀ ਹੈ, ਕੀ ਹੈਗੀ ਹੈ, ਟੈਂਜੈਂਟ ਇਨਵਰਸ ਆਪਣਾ x ਸਕੁਅਰ ਪਲੱਸ 1 ਅੰਡਰ ਦੀ ਰੂਟ। ਠੀਕ ਹੈ, ਹੁਣ ਆਪਾਂ ਆ ਜਾਂਦੇ ਹਾਂ ਇਸ ਸਟੈਪ ਤੇ, ਹੁਣ ਬੇਸਿਕਲੀ ਮੈਂ ਕੀ ਕਰਨਾ ਹੈਗਾ, ਮੈਂ ਟੈਂਜੈਂਟ ਇਨਵਰਸ ਨੂੰ ਕਨਵਰਟ ਕਰਾਂਗਾ ਕੋਸ ਵਿੱਚ। ਠੀਕ ਹੈ, ਤੇ ਉਹਦੇ ਵਾਸਤੇ ਹੁਣ ਆਪਾਂ ਕੀ ਕਰਾਂਗੇ, ਇਹ ਜਿਹੜਾ ਮੇਰੇ ਕੋਲ ਹੈਗਾ ਇੱਥੇ ਇਹ ਵਾਲਾ ਟੈਂਜੈਂਟ ਇਨਵਰਸ, ਠੀਕ ਹੈ, ਟੈਂਜੈਂਟ ਇਨਵਰਸ 1 ਓਵਰ x ਸਕੁਅਰ ਪਲੱਸ 1, ਠੀਕ ਹੈ, ਇਹਨੂੰ ਮੈਂ ਕੁਝ ਮੰਨ ਲਾਂਗਾ, ਮੰਨ ਲਓ ਆਪਾਂ ਇਹਨੂੰ ਮੰਨ ਲੈਂਦੇ ਹਾਂ z, ਤੇ ਇਹ ਟੈਂਜੈਂਟ ਇਨਵਰਸ ਉਧਰ ਚਲੇ ਜਾਏਗਾ, ਤੇ 1 ਓਵਰ ਅੰਡਰ ਦੀ ਰੂਟ x ਸਕੁਅਰ ਪਲੱਸ 1 ਕੀ ਆ ਜਾਏਗਾ ਸਾਡੇ ਕੋਲ, ਇਹ ਆ ਜਾਏਗਾ ਟੈਂਜੈਂਟ ਆਫ z। ਠੀਕ ਹੈ, ਯਾਨੀ ਕਿ ਆਪਾਂ ਇਹ ਵੀ ਕਹਿ ਸਕਦੇ ਹੈਗੇ ਆ ਕਿ ਟੈਂਜੈਂਟ ਆਫ z ਦੀ ਵੈਲਿਊ ਕਿੰਨੀ ਆ ਗਈ, 1 ਓਵਰ x ਸਕੁਅਰ ਪਲੱਸ 1। ਹੁਣ ਸਾਨੂੰ ਪਤਾ ਕਿ ਟੈਂਜੈਂਟ ਹੁੰਦਾ ਹੈ ਪਰਪੈਂਡੀਕੂਲਰ ਓਵਰ ਬੇਸ, ਯਾਨੀ ਕਿ ਜੇ ਮੈਂ ਇੱਕ ਰਾਈਟ ਐਂਗਲ ਟ੍ਰਾਇੰਗਲ ਬਣਾਵਾਂ ਇੱਥੇ, ਠੀਕ ਹੈ, ਰਾਈਟ ਐਂਗਲ ਟ੍ਰਾਇੰਗਲ, ਇਹ ਮੇਰੀ ਰਾਈਟ ਐਂਗਲ ਟ੍ਰਾਇੰਗਲ ਹੈਗੀ ਹੈ, ਤੇ ਪਰਪੈਂਡੀਕੂਲਰ ਹੋ ਗਿਆ 1, ਤੇ ਬੇਸ ਕਿੰਨਾ ਹੋ ਗਿਆ, ਬੇਸ ਹੋ ਗਿਆ x ਸਕੁਅਰ ਪਲੱਸ 1 ਦਾ ਅੰਡਰ ਰੂਟ, ਤੇ ਹਾਈਪੋਟਨਿਊਸ ਕੀ ਆਏਗਾ, ਹਾਈਪੋਟਨਿਊਸ ਆ ਜਾਏਗਾ ਸਾਡੇ ਕੋਲ 1 ਦਾ ਸਕੁਅਰ ਔਰ x ਸਕੁਅਰ ਪਲੱਸ 1 ਅੰਡਰ ਰੂਟ, ਇਹਦਾ ਸਕੁਅਰ ਔਰ ਸਾਰੇ ਦੇ ਉੱਪਰ ਅੰਡਰ ਰੂਟ। ਹੁਣ ਦੇਖੋ ਇਹ ਔਰ ਇਹ ਦੋਨੋਂ ਕੈਂਸਲ ਹੋ ਗਏ, 1 ਦਾ ਸਕੁਅਰ 1 ਹੋ ਗਿਆ, ਇਹ ਆ ਗਿਆ
एक्स स्क्वायर प्लस वन सारे दे ऊपर अंडर रूट, यानी कि की बन गया, ए बन गया एक्स स्क्वायर प्लस टू। ठीक है, हुण तुसी देखो जे टेंजेंट जेड, टेंजेंट जेड आपां सोल्व करके इत्थे आपां उहदी सारी पैरामीटर्स निकाल लीती, बेसिकली हुण आपां कोस निकाल लिया कोस। ठीक है ना, क्योंकि इहनू मैं की मन्निया होया, हुण मैं ए टेंजेंट इनवर्स ए जेड, इहनू आपां साडे नाल जेड मन्निया होया ना, ए बन गया कोस ऑफ जेड। ये सारा कुछ हुण साडे कोल किहदे च कन्वर्ट हो गया, ए बन गया साडे कोल कोस ऑफ जेड। है ना, तो कोस ऑफ जेड की हो जाएगा, क्योंकि इन्हों आप जेड मनिया हुआ सी, कोस ऑफ जेड की होएगा, कोस साडे कोल हुंदा हैगा बेस ओवर हाइपोटेन्यूज। ठीक है, हुण देखो बेस किन्ना हैगा, बेस आपां देखो बेस हैगा साडे कोल एक्स स्क्वायर प्लस वन द अंडर रूट, एक्स स्क्वायर प्लस वन दे उपर अंडर रूट, ते हाइपोटेन्यूज किन्ना हैगा, हाइपोटेन्यूज मैं इत्थे फाइंड कीता हुणे, ए की हैगा एक्स स्क्वायर प्लस टू अंडर द रूट, यानी कि जेडे रिक्वायर्ड वैल्यू हैगी है वो मेरे को आ गई एक्स स्क्वायर प्लस वन ओवर एक्स स्क्वायर प्लस टू। जे इन आपां कट्ठा अंडर रूट ला दीए, इको ही अंडर रूट ला दीए, तो यह साडे कोल बन जाएगा एक्स स्क्वायर प्लस वन ओवर एक्स स्क्वायर, एक मिनट इत्थे टू आएगा, एक्स स्क्वायर प्लस टू अंडर द रूट, और यही आपां प्रूव करना सी। ठीक है, थैंक यू।